ਇੱਥੇ ਕਿਤੇ ਲਿਖਿਆ ਤਾਂ ਮੈਨੂੰ ਲੱਗਦਾ ਕਿਤੇ ਹੈ ਨਹੀਂ ਗਾ, ਪਰ ਤੁਸੀਂ ਦੇਖ ਸਕਦੇ ਹੋ ਵੀ ਇੱਦਾਂ ਦਾ ਪਲੇਟਫਾਰਮ ਹੁੰਦਾ ਇੱਥੇ ਇੰਡੀਆ ਦੇ ਵਿੱਚ, ਅਤੇ ਇੱਥੇ ਆ ਡਰਿੰਕਿੰਗ ਵਾਟਰ ਫੈਸਿਲਿਟੀਜ਼ ਹੁੰਦੀਆਂ ਨੇ, ਪਰ ਵਧੀਆ ਨਹੀਂ ਹੈਗਾ, ਮਤਲਬ ਕਿ ਤੁਹਾਨੂੰ ਹਾਈਜੀਨਿਕ ਨਹੀਂ ਹੈਗਾ। ਮੈਂ ਰੈਕਮੈਂਡ ਨਹੀਂ ਕਰਦਾ ਵੀ ਇੱਥੇ ਤੁਸੀਂ ਪਾਣੀ ਪੀਓ, ਕਿਉਂਕਿ ਬੋਟਲਡ ਵਾਟਰ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਇੱਧਰ ਇੱਕ ਟ੍ਰੇਨ ਖੜ੍ਹੀ ਹੋਈ ਹੈ, ਅਤੇ ਇਹ ਮੈਨੂੰ ਲੱਗਦਾ ਹੈਗੀ ਆ ਅਮਰਪਾਲੀ ਐਕਸਪ੍ਰੈਸ। ਸੋ ਆਪਣੀ ਇੱਥੇ ਹੀ ਕਹਿੰਦੇ ਜਾਂ ਤਾਂ ਇੱਧਰ ਆਊਗੀ ਟ੍ਰੇਨ ਅਤੇ ਜਾਂ ਫਿਰ ਇੱਧਰ ਆਊਗੀ, ਆਪਾਂ ਨੂੰ ਹਜੇ ਪਤਾ ਨਹੀਂ ਹੈਗਾ ਕਿੱਧਰ ਆਊਗੀ, ਦੇਖਦੇ ਹਾਂ ਕਿੱਧਰੋਂ ਦੀ ਆਉਂਦੀ ਹੈ। ਅਤੇ ਆਹ ਸਾਰਾ ਹੈਗਾ ਰੇਲਵੇ ਸਟੇਸ਼ਨ, ਜਿਹੜੇ ਪਲੇਟਫਾਰਮ ਦੇ ਉੱਤੇ ਆਪਾਂ ਖੜ੍ਹੇ ਹੋਏ ਹਾਂ। ਲਓ ਜੀ, ਲਓ ਫਾਈਨਲੀ ਆਪਣੀ ਟ੍ਰੇਨ ਆ ਗਈ ਹੈ ਸ਼ਤਾਬਦੀ। ਸੋ ਟ੍ਰੇਨ 'ਚ ਬੈਠ ਗਏ ਸੀਗੇ ਅਤੇ ਆਪਣੀ 11 ਵੱਜ ਗਏ, 11 ਮਿੰਟ 'ਤੇ ਟ੍ਰੇਨ ਆਉਣੀ ਸੀਗੀ ਅਤੇ 11:24 ਹੋ ਗਏ ਆ, ਅਤੇ ਹਜੇ ਤੱਕ ਟ੍ਰੇਨ ਚੱਲੀ ਨਹੀਂ ਹੈਗੀ, ਆਪਾਂ ਟ੍ਰੇਨ ਦੇ ਵਿੱਚ ਬੈਠੇ ਹੋਏ ਹਾਂ। ਸੋ ਦੇਖਦੇ ਹਾਂ ਕਿੰਨੇ ਵਜੇ ਚੱਲਦੀ ਆ। ਲਓ ਜੀ, ਲਓ ਫਾਈਨਲੀ ਆਪਣੀ ਟ੍ਰੇਨ ਤੁਰ ਪਈ ਆ, ਅਤੇ 11:27 ਹੋ ਗਏ ਆ, 11:11 ਦਾ ਟਾਈਮ ਸੀ, ਮਤਲਬ ਕਿ 17 ਕੁ ਮਿੰਟ ਲੇਟ ਹੈ, ਅਤੇ ਪਰ ਫਾਈਨਲੀ ਚੱਲ ਪਈ। ਸੋ ਆਪਾਂ ਨੂੰ ਟ੍ਰੇਨ ਦੇ ਵਿੱਚ ਉਹਨਾਂ ਨੇ ਇੱਕ ਸੂਪ ਦਿੱਤਾ ਹੈ ਇਹਦੇ ਵਿੱਚ, ਅਤੇ ਆਹ ਦੇਖੋ ਲਿਖਿਆ ਟੋਮੈਟੋ ਸੂਪ ਪਾਊਡਰ, ਅਤੇ ਨਾਲ ਇੱਕ ਆਹ ਬਾਊਲ ਦਿੱਤਾ ਹੈ, ਅਤੇ ਨਾਲ ਚਮਚਾ ਆ, ਬਹੁਤ ਜ਼ਿਆਦਾ ਕਲੀਨ ਹੈ ਵੈਸੇ, ਸਾਫ਼ ਬਹੁਤ ਹੈ। ਅਤੇ ਇੱਕ ਆਪਾਂ ਨੂੰ ਆਹ ਦਿੱਤਾ ਹੈ, ਇਹਦੇ ਉੱਤੇ ਲਿਖਿਆ ਹੋਇਆ ਇਹਨਾਂ ਨੇ ਬ੍ਰੈਡ ਸਟਿੱਕ ਲਿਖਿਆ ਹੋਇਆ, ਬ੍ਰੈਡ ਸਟਿੱਕ, ਅਤੇ ਨਾਲ ਆਪਾਂ ਨੂੰ ਇੱਕ ਬਟਰ ਵੀ ਦਿੱਤਾ ਆ, ਅਤੇ ਹੁਣ ਮੈਨੂੰ ਲੱਗਦਾ ਕੋਈ ਗਰਮ ਪਾਣੀ ਵਗੈਰਾ ਜਾਂ ਕੁਛ ਦੇਣਗੇ ਨਾਲ, ਅਤੇ ਫਿਰ ਆਪਾਂ ਸੂਪ ਬਣਾਵਾਂਗੇ। ਅਤੇ ਆਹ ਦੇਖੋ ਵਾਟਰ ਬੋਟਲਸ ਵੀ ਔਫਰ ਕਰਦੇ ਪਏ ਨੇ ਆਪਾਂ ਨੂੰ, ਸੋ ਥੈਂਕ ਯੂ। ਅਤੇ ਇੱਕ ਆਪਾਂ ਨੂੰ ਵਾਟਰ ਬੋਟਲ ਵੀ ਮਿਲੀ ਹੈ, ਸੋ ਇਹ ਹੈਗੀ ਆ ਰੇਲ ਨੀਰ ਦੀ। ਇਹ ਬੋਟਲ ਨੂੰ ਰੱਖਣ ਵਾਸਤੇ ਇੱਕ ਆਹ ਬੋਟਲ ਹੋਲਡਰ ਵੀ ਹੈਗਾ ਇੱਥੇ, ਆਪਾਂ ਇੱਥੇ ਬੋਟਲ ਨੂੰ ਇੱਥੇ ਰੱਖ ਸਕਦੇ ਹਾਂ। ਸੋ ਬ੍ਰੈਡ ਸਟਿੱਕ ਖੋਲ੍ਹ ਕੇ ਦੇਖਦੇ ਹਾਂ ਇਹਦੇ ਵਿੱਚ ਕਿੱਦਾਂ ਦੀ ਹੈਗੀ ਆ। ਸੋ ਉਹ ਬ੍ਰੈਡ ਹੈ ਤਾਂ ਉਹ ਅੱਛਾ, ਬਟਰ ਨਾਲ ਖਾਣੀ ਹੋਣੀ ਆ, ਫਿਰ ਇਹਦੇ ਨਾਲ ਖੋਲ੍ਹ ਕੇ ਟਰਾਈ ਕਰਕੇ ਦੇਖਦੇ ਹਾਂ ਵੀ ਕਿੱਦਾਂ ਦੀ ਆ। ਸੋ ਇਹ ਹੈਗਾ ਬਟਰ ਨਾਲ ਬ੍ਰੈਡ ਸਟਿੱਕ, ਦੇਖੋ ਸਵਾਦ ਹੈ ਕੀ ਹੈ, ਵਧੀਆ ਇੰਸਟੈਂਟ ਸੂਪ। ਸੋ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਇਹਨੂੰ, ਆਹ ਵਾਲਾ ਸੂਪ ਮਿਲਿਆ ਸੀਗਾ ਆਪਾਂ ਨੂੰ।
ਇਹ ਆਪਾਂ ਹੋਟ ਵਾਟਰ ਦੇ ਵਿੱਚ ਪਾਉਣਾ ਪੈਣਾ, ਦੇਖਦੇ ਹਾਂ ਕਿੰਨਾ ਕੁ ਸਵਾਦ ਹੈਗਾ ਆ। ਜਿਹੜੀ ਬ੍ਰੈਡ ਸਟਿਕ ਸੀਗੀ ਉਹ ਤਾਂ ਕਿਸੇ ਕੰਮ ਦੀ ਨਹੀਂ ਸੀਗੀ, ਖਾਣ ਲਈ ਬਿਲਕੁਲ ਨਹੀਂ ਖੁੱਲ੍ਹੀ ਰਿਹਾ। ਪਾ ਕੇ ਦੇਖਦੇ ਹਾਂ ਕਿੱਦਾਂ ਦਾ ਬੰਦਾ ਹੈ। ਪਾਊਡਰ ਹੈ, ਪਾਊਡਰ ਬਹੁਤ ਗੰਦਾ ਸੁਪ ਹੈ, ਬਕਵਾਸ, ਬਹੁਤ ਜ਼ਿਆਦਾ ਬੇਕਾਰ ਆ। ਅਤੇ ਟ੍ਰੇਨ ਦੇ ਵਿੱਚ ਨਾ ਇੱਥੇ ਰੀਡਿੰਗ ਲਾਈਟਸ ਵੀ ਲੱਗੀਆਂ ਹੋਈਆਂ ਨੇ, ਲਾ ਕੇ ਦਿੰਦੀਆਂ ਚੱਲਦੀਆਂ ਕਿ ਨਹੀਂ, ਦੇਖੋ ਦੋ ਲੱਗੀਆਂ ਨੇ ਅਤੇ ਆਹ ਬਟਨ ਲੱਗਿਆ ਦਮ ਕੇ ਲਿਖਿਆ ਚੱਲਦਾ ਕਿ ਨਹੀਂ, ਚੱਲ ਗਿਆ। ਵਾਹ ਨਹੀਂ ਚੱਲ ਗਿਆ ਇੱਧਰ ਵਾਲਾ, ਉਹ ਆ ਵੀ ਚੱਲ ਗਿਆ, ਦੋਨੋਂ ਚੱਲ ਗਏ। ਸੋ ਜੇ ਤੁਸੀਂ ਕੁਛ ਪੜ੍ਹਨਾ ਹੈਗਾ ਬੁੱਕ ਲੈ ਕੇ ਆਏ ਹੋ ਰੀਡਿੰਗ ਵਾਸਤੇ, ਪਰ ਇਹ ਮੂਵ ਨਹੀਂ ਹੁੰਦੇ, ਬਸ ਇਹ ਫਿਕਸ ਹੈਗੇ ਉੱਥੇ ਹੈ ਨਾ। ਅਤੇ ਇੱਥੇ ਇਹਨਾਂ ਨੇ ਆ ਵੀ ਦਿੱਤੇ ਹੋਏ ਨੇ ਆਪਾਂ ਨੂੰ, ਜੇ ਤੁਸੀਂ ਕੁਛ ਚਾਰਜ ਵਗੈਰਾ ਕਰਨਾ ਹੈ, ਜਿਵੇਂ ਤੁਸੀਂ ਸੈੱਲ ਫੋਨ ਚਾਰਜ ਕਰਨਾ ਹੈ ਜਾਂ ਲੈਪਟੋਪ ਚਾਰਜ ਕਰਨਾ ਹੈ, ਅਤੇ ਆਪਾਂ ਉਹ ਵਿੱਚ ਚਾਰਜ ਕਰ ਸਕਦੇ ਹਾਂ। ਚਲਾ ਕੇ ਦੇਖਦਾ ਹੁਣ ਇਹ ਵੀ ਚੱਲਦਾ ਕਿ ਨਹੀਂ ਚੱਲਦਾ, ਕਿਉਂਕਿ ਲਾਈਟਾਂ ਤਾਂ ਚੱਲ ਪਹਿਲਾਂ ਚੱਲਦੀਆਂ ਨਹੀਂ ਸੀਗੀਆਂ, ਫਿਰ ਇੱਕੋਦਮ ਚੱਲ ਪਈਆਂ। ਸੋ ਆਪਾਂ ਹੁਣ ਟਰਾਈ ਕਰਦੇ ਹਾਂ ਇਹ ਚੱਲਦਾ ਕਿ ਨਹੀਂ, ਇਹਦੇ ਵਿੱਚ ਪਾਤਾ ਆ ਅਤੇ ਸਵਿੱਚ ਹਜੇ ਮੈਨੂੰ ਲੱਗਦਾ ਬੰਦ ਹੈ, ਇੱਦਾਂ ਦਾ ਚੱਲ ਗਿਆ ਹੈ, ਹੋ ਗਿਆ ਚਾਰਜ, ਹੋ ਗਿਆ ਚਾਰਜਿੰਗ 81 ਚੱਲਦਾ ਹੈ, ਮਤਲਬ ਕਿ ਵਰਕਿੰਗ ਹੈ। ਉੱਪਰ ਵਾਲਾ ਦੇਖਦੇ ਹਾਂ, ਉੱਪਰ ਵਾਲਾ ਨਹੀਂ ਚੱਲਿਆ ਹੈਗਾ, ਉਹ ਚੱਲ ਗਿਆ ਜੀ, ਦੋਨੋਂ ਚੱਲਦੇ ਆ। ਜੇ ਆਪਾਂ ਇਹਨੂੰ ਬੰਦ ਕਰਦੇ ਹਾਂ ਅਤੇ ਬੰਦ ਹੋ ਜਾਂਦਾ, ਸੋ ਸਹੀ ਆ, ਵਰਕਿੰਗ ਹੈ, ਵਧੀਆ ਹੈ। ਅਤੇ ਇੱਕ ਚੀਜ਼ ਹੋਰ ਹੈਗੀ ਆ ਇਹਦੇ ਵਿੱਚ ਨਾ, ਆਪਣੇ ਕੋਲ ਫੁੱਟ ਰੈਸਟ ਵੀ ਦਿੱਤਾ ਹੋਇਆ ਇਹਨਾਂ ਨੇ, ਅਤੇ ਜਦੋਂ ਆਪਾਂ ਇਹਨੂੰ ਉੱਪਰ ਨੀਚੇ ਵੀ ਕਰ ਸਕਦੇ ਹਾਂ, ਦੇਖੋ, ਸੋ ਆਹ ਬਿਲਕੁਲ ਨੀਚੇ ਹੋ ਗਿਆ ਹੁਣ। ਜੇ ਆਪਾਂ ਇਹਨੂੰ ਉੱਪਰ ਕਰਨਾ ਵਾ ਅਤੇ ਇੱਦਾਂ ਉੱਪਰ ਕਰਕੇ ਆਹ ਦੇਖੋ, ਇੱਦਾਂ ਉੱਚਾ ਵੀ ਹੋ ਜਾਂਦਾ ਆ, ਫਿਰ ਹੋਰ ਉੱਚਾ ਕਰਨਾ ਹੋਰ ਥੱਲੇ ਆ ਜਾਂਦਾ ਆ, ਅਤੇ ਜੇ ਆਪਾਂ ਸਭ ਤੋਂ ਉੱਪਰ ਕਰਨਾ ਵਾ ਫਿਰ ਉਸ ਤੋਂ ਬਾਅਦ ਇੱਥੇ ਤੱਕ ਆ ਕੇ ਫਿਰ ਨੀਚੇ ਜਾਊਗਾ ਪੂਰਾ ਨੀਚੇ। ਸੋ ਇਹ ਵਧੀਆ ਹੈਗਾ, ਤੁਸੀਂ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰ ਸਕਦੇ ਹੋ ਇਹਦੀ। ਅਤੇ ਜਿਹੜੀ ਆਹ ਹੈਗੀ ਆ ਆਰਮ ਰੈਸਟ ਦੇ ਸੀਟ ਦੇ, ਇਹ
ਸਪੇਸ ਹੈਗੀ ਹੈ ਬਹੁਤ ਜ਼ਿਆਦਾ ਖੁੱਲ੍ਹੀ ਹੈ, ਮਤਲਬ ਕਿ ਦੋਨੇ ਪਾਸੇ ਵਧੀਆ ਸਪੇਸ ਹੈਗੀ ਹੈ। ਜੇ ਆਪਾਂ ਨੂੰ ਸੀਟ ਨੂੰ ਪਿੱਛੇ ਕਰਨਾ, ਜਿਵੇਂ ਆਹ ਵਾਲੀ ਸੀਟ ਹੈਗੀ ਆ, ਜਿਵੇਂ ਆਹ ਸੀਟ ਨੂੰ ਪਿੱਛੇ ਕਰਨਾ ਆ, ਇਹਨਾਂ ਨੇ ਇੱਕ ਨਾ ਲੀਵਰ ਦਿੱਤਾ ਹੋਇਆ ਸਾਈਡ 'ਤੇ। ਸੋ ਆਹ ਇੱਕ ਤੁਸੀਂ ਇਹਨੂੰ ਪਿੱਛੇ ਨੂੰ ਕਰਨਾ ਆ, ਅਤੇ ਜਦੋਂ ਇਹਨੂੰ ਪਿੱਛੇ ਇੱਦਾਂ ਕਰਦੇ ਹੋ ਤਾਂ ਨਾਲ ਹੀ ਪਿੱਛੇ ਨੂੰ ਤੁਹਾਨੂੰ ਇਸ ਸੀਟ ਨੂੰ ਜ਼ੋਰ ਲਗਾਉਣਾ ਪੈਣਾ ਪਿੱਛੇ, ਤੁਸੀਂ ਆਰਾਮ ਨਾਲ ਪਿੱਛੇ ਕਰਕੇ ਆਪਣਾ ਰੈਸਟ ਕਰ ਸਕਦੇ ਹਾਂ। ਇੱਦਾਂ ਵਧੀਆ ਕੰਫਰਟੇਬਲ ਬਹੁਤ ਹੈ, ਸ਼ੇਅਰ ਜਿਹੜੀ ਹੈ ਨਾ ਬਹੁਤ ਜ਼ਿਆਦਾ ਕੰਫਰਟੇਬਲ। ਅਤੇ ਉਸ ਤੋਂ ਬਾਅਦ ਹੁਣ ਅੱਗੇ ਆ ਗਈ, ਮੈਂ ਫਿਰ ਇਹਨੂੰ ਅੱਗੇ ਕਰਤਾ। ਅਤੇ ਜਿਹੜਾ ਇਹਦੇ ਵਿੱਚ ਲੈਗ ਰੂਮ ਹੈਗਾ ਆ, ਜਿਵੇਂ ਆਪਣੇ ਦੂਜੀ ਸੀਟ ਦੇ ਵਿੱਚ ਬਹੁਤ ਜ਼ਿਆਦਾ ਆ, ਮਤਲਬ ਕਿ ਸਪੇਸ ਬਹੁਤ ਜ਼ਿਆਦਾ ਆ, ਅਤੇ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਵੀ ਹੈਗੀ। ਦੇਖੋ ਥੱਲੇ ਬਹੁਤ ਜ਼ਿਆਦਾ ਸਫਾਈ ਹੈ, ਸਾਰੇ ਦੇ ਵਿੱਚ ਹੀ ਸਫਾਈ ਹੈ, ਪਰ ਉਹ ਥੱਲੇ ਕਿਸੇ ਨੇ ਕੰਮ ਪਹਿਲਾਂ ਕੀਤਾ ਹੋਇਆ, ਅਤੇ ਪਰ ਉੱਦਾਂ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈਗੀ ਹੈ ਇਹ ਪਲੇਨ। ਅਤੇ ਬਾਕੀ ਜਿਹੜਾ ਲਗੇਜ ਹੈਗਾ, ਲਗੇਜ ਵਾਸਤੇ ਇਹਨਾਂ ਨੇ ਉਹ ਉੱਪਰ ਬਣਾਏ ਨੇ, ਅਤੇ ਜੇ ਅਸੀਂ ਲਗੇਜ ਰੱਖਣਾ ਆ ਤਾਂ ਬਹੁਤ ਸਾਰੇ ਖਾਲੀ ਹੈਗੇ ਨੇ, ਤੁਸੀਂ ਆਪਣਾ ਸੂਟਕੇਸ ਵਗੈਰਾ ਇੱਥੇ ਲੈ ਕੇ ਆ ਸਕਦੇ ਹੋ ਆਰਾਮ ਦੇ ਨਾਲ, ਕਾਫੀ ਜ਼ਿਆਦਾ ਸਪੇਸ ਹੈਗੀ ਹੈ। ਅਤੇ ਬਾਕੀ ਸਾਰਾ ਜਿਹੜਾ ਹੈਗਾ ਫੁੱਲ ਨਹੀਂ ਹੈਗਾ, ਇਹ ਪੂਰੀ ਬੁੱਕਡ ਨਹੀਂ ਹੈਗੀ, ਕਾਫੀ ਸੀਟਾਂ ਇਹਦੇ ਵਿੱਚ ਖਾਲੀ ਵੀ ਹੁੰਦੀਆਂ ਨੇ। ਅਤੇ ਏਅਰ ਕੰਡੀਸ਼ਨ ਬਹੁਤ ਵਧੀਆ ਆ, ਅਤੇ ਬਹੁਤ ਜ਼ਿਆਦਾ ਪੀਸਫੁੱਲ ਆ, ਅੰਦਰ ਤੁਹਾਨੂੰ ਜਿਹੜੀ ਬਾਹਰ ਦੀ ਆਵਾਜ਼ ਆ ਉਹ ਬਿਲਕੁਲ ਨਹੀਂ ਸੁਣਦੀ ਹੈਗੀ, ਬਹੁਤ ਜ਼ਿਆਦਾ ਪੀਸਫੁੱਲ ਅਤੇ ਕੁਆਈਟ ਆ ਟ੍ਰੇਨ ਇਹ, ਅਤੇ ਮਤਲਬ ਕਿ ਰਿਲੈਕਸਿੰਗ ਆ ਜੇ ਤੁਸੀਂ ਲੌਂਗ ਜਰਨੀ ਕਰਨੀ ਆ। ਅਤੇ ਆਪਣਾ ਤਾਂ ਜਿਹੜਾ ਹੈਗਾ ਲੁਧਿਆਣਾ ਟੂ ਅੰਮ੍ਰਿਤਸਰ ਹੀ ਜਾ ਰਹੇ ਹਾਂ ਆਪਾਂ, ਜੇ ਆਪਾਂ ਦਿੱਲੀ ਵੀ ਜਾਣਾ ਆ ਤਾਂ ਮੈਂ ਕਹਿੰਦਾ ਬਹੁਤ ਜ਼ਿਆਦਾ ਕੁਆਈਟ ਹੈ, ਅਤੇ ਤੁਸੀਂ ਵਧੀਆ ਟਰੈਵਲ ਕਰ ਸਕਦੇ ਹੋ ਆਰਾਮ ਦੇ ਨਾਲ, ਬਹੁਤ ਜ਼ਿਆਦਾ ਕੰਫਰਟੇਬਲ ਟ੍ਰੇਨ ਹੈ। ਅਤੇ ਹੋਸਪਿਟੈਲਿਟੀ ਬਹੁਤ ਜ਼ਿਆਦਾ ਵਧੀਆ ਆ, ਦੇਖੋ ਸਾਡੇ ਜਿਹੜੇ ਸੀਗੇ ਇੱਥੇ ਡਿਸ਼ਿਜ਼ ਜਿਹੜੀਆਂ ਸਾਡੀਆਂ ਸੀਗੀਆਂ ਸੂਪ ਵਾਲੀਆਂ, ਸੋ ਆਪਾਂ ਨੂੰ ਨਾਲ ਹੀ ਇੱਥੋਂ ਦੀ ਕਲੈਕਟ ਕਰਨ ਆ ਗਿਆ। ਹਜੇ ਆਪਣਾ 11:52 ਹੀ ਹੋਏ ਨੇ, ਅੱਧੇ ਘੰਟੇ ਦੇ ਵਿੱਚ ਆਪਾਂ ਨੂੰ ਪੂਰਾ ਇਹਨਾਂ ਨੇ ਫੂਡ ਸਰਵ ਕਰਤਾ, ਈਵਨ ਦੋ ਜਿਹੜਾ ਫੂਡ ਇੰਨਾ ਵਧੀਆ ਨਹੀਂ ਹੈਗਾ ਪਰ ਸਰਵਿਸ ਜਿਹੜੀ ਆ ਉਹ ਵਧੀਆ ਆ। ਸੋ ਆਹ ਦੇਖੋ ਆਪਾਂ ਬਾਹਰੋਂ ਦੀ ਟ੍ਰੇਨ ਕਿੱਦਾਂ ਦਾ ਲੱਗਦਾ ਆ, ਅਤੇ ਬਹੁਤ ਜ਼ਿਆਦਾ ਕੰਫਰਟੇਬਲ ਆ, ਅਤੇ ਬਾਹਰ ਤੁਹਾਨੂੰ ਵਿਊ ਜਿਹੜੇ ਨੇ ਉਹ ਬਹੁਤ ਵਧੀਆ ਆਉਂਦੇ ਨੇ ਕਿਉਂਕਿ ਗ੍ਰੀਨ ਆ ਸਾਰਾ, ਅਤੇ ਬਿਲਕੁਲ ਆਪਾਂ ਨੂੰ ਗਰਮੀ ਨਹੀਂ ਲੱਗਦੀ ਕਿਉਂਕਿ ਅੰਦਰ ਏਅਰ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ। ਜਿਹੜੀ ਆ ਟ੍ਰੇ ਆ ਇੱਦਾਂ ਫੋਲਡ ਵੀ ਹੋ ਜਾਂਦੀ ਹੈ ਇੱਦਾਂ, ਕਿ ਆਪਾਂ ਇਹਨੂੰ ਉੱਪਰ ਕਰਕੇ ਇਹਨੂੰ ਇੱਦਾਂ ਇਹਨੂੰ ਬੰਦ ਵੀ ਕਰ ਸਕਦੇ ਹਾਂ, ਇੰਨੀ ਵਧੀਆ ਨਹੀਂ ਲੱਗ ਰਿਹਾ ਪਰ ਇੱਦਾਂ ਪਰ ਬੰਦ ਹੋ ਜਾਂਦੀ ਹੈ ਇਹ। ਅਤੇ ਨਿਊਜ਼ ਪੇਪਰ ਵੀ ਪਏ ਸੀਗੇ ਇੱਥੇ ਆਲਰੇਡੀ ਪਹਿਲਾਂ ਹੀ ਆਹ ਵਾਲੇ, ਪਤਾ ਨਹੀਂ ਯੂਜ਼ਡ ਨੇ ਕਿ ਨਿਊ ਨੇ। ਅਤੇ ਆਹ ਪਾਣੀ ਦੀ ਬੋਟਲ ਆਪਾਂ ਜਿਹੜੀ ਹੁਣੇ ਮਿਲੀ ਸੀਗੀ ਉਹ ਵਾਲੀ। ਟ੍ਰੇਨ ਦੀ ਸਪੀਡ ਦੇਖੋ 103 ਕਿਲੋਮੀਟਰ ਪਰ ਆਵਰ 105 ਕਿਲੋਮੀਟਰ ਪਰ ਆਵਰ 'ਤੇ ਚੱਲਦੀ ਪਈ ਹੈ। ਅਤੇ ਆਹ ਦੇਖ ਲਓ ਬਾਹਰ, ਅਤੇ ਤਾਂ ਹੀ ਇਹਨੂੰ ਸ਼ਤਾਬਦੀ ਕਹਿੰਦੇ ਕਿਉਂਕਿ 100 ਕਿਲੋਮੀਟਰ ਦੀ ਇਹਦੀ ਸਪੀਡ ਹੈਗੀ ਆ। ਦੇਖੋ 100 ਕਿਲੋਮੀਟਰ 'ਤੇ ਚੱਲਦੀ ਆ ਇਹ, 100 ਤੋਂ ਜ਼ਿਆਦਾ ਜਾਂਦੀ ਹੈ, 100 ਤੋਂ ਘੱਟ ਨਹੀਂ ਜਾਂਦੀ। ਸੋ ਸ਼ਤਾਬਦੀ ਮਤਲਬ 100 ਕਿਲੋਮੀਟਰ ਪਰ ਆਵਰ। ਸੋ ਇਹ ਟ੍ਰੇਨ ਜਿਹੜੀ ਆ 100 ਕਿਲੋਮੀਟਰ 'ਤੇ ਚੱਲਦੀ ਆ ਗਰੰਟਿਡ। ਚਲੋ ਜੀ, ਹੁਣ ਆਪਾਂ ਟ੍ਰੇਨ ਦਾ ਵਾਸ਼ਰੂਮ ਦੇਖ ਕੇ ਆਉਂਦੇ ਹਾਂ ਕਿ ਇਹਦੇ ਵਿੱਚ
ਵਾਸ਼ਰੂਮ ਕਿੱਦਾਂ ਦਾ ਹੈਗਾ। ਸੋ ਇੱਧਰ ਹੀ ਆ, ਚਲੋ ਅੱਗੇ। ਇਹ ਵਾਸ਼ਰੂਮ, ਇਹ ਵਾਸ਼ਰੂਮ ਕਹਾਂ ਪਿਆ ਕਰਦਾ, ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗ ਨਹੀਂ ਰਿਹਾ। ਅਤੇ ਆਹ ਦੇਖ ਲਓ ਇੱਦਾਂ ਦੀ ਸੀਟ ਹੁੰਦੀ ਹੈ ਇੱਥੇ, ਅਤੇ ਆਹ ਵੀ ਦਿੱਤਾ ਹੁੰਦਾ ਇਹਨਾਂ ਨੇ, ਇੰਨਾ ਜ਼ਿਆਦਾ ਕਲੀਨ ਨਹੀਂ ਹੈਗਾ। ਅਤੇ ਇੱਧਰੋਂ ਦੀ ਆਪਾਂ ਦੂਜੇ ਪਾਸੇ ਵੀ ਜਾ ਸਕਦੇ ਹਾਂ, ਦੂਸਰੇ ਟੱਪੇ 'ਚ ਵੀ ਜਾ ਸਕਦੇ ਹਾਂ ਉਸ ਦਾ। ਅਤੇ ਇੱਧਰੋਂ ਦੀ ਬਾਹਰ ਇੱਥੇ ਦਿਖਦਾ ਹੈ ਇੱਧਰੋਂ ਦੀ, ਅਤੇ ਉਸ ਤੋਂ ਬਾਅਦ ਇੱਧਰ ਜੋ ਆਪਾਂ ਇੱਥੋਂ ਚੜ੍ਹੇ ਸੀਗੇ ਟ੍ਰੇਨ ਦੇ ਵਿੱਚ, ਸੋ ਆਹ ਮੇਨ ਡੋਰਾ ਚੜ੍ਹਨ ਵਾਸਤੇ, ਅਤੇ ਇੱਥੋਂ ਆਪਾਂ ਜਾਂਦੇ ਹਾਂ ਅੰਦਰ। ਸੋ ਆਹ ਹੈਗਾ ਆਪਣਾ ਕੰਪਾਰਟਮੈਂਟ। ਅਤੇ ਇਸ ਤੋਂ ਬਾਅਦ ਦੂਜਾ ਕੰਪਾਰਟਮੈਂਟ ਜਿਹੜਾ ਹੈਗਾ ਆ, ਸੋ ਇਹ ਹੈਗਾ ਆ ਦੂਜਾ ਕੰਪਾਰਟਮੈਂਟ, ਅਤੇ ਆਪਾਂ ਇੱਧਰ ਵੀ ਜਾ ਸਕਦੇ ਹਾਂ। ਸੋ ਆਹ ਡੋਰ ਲੱਗਿਆ ਹੋਇਆ, ਆਪਾਂ ਖੋਲ੍ਹ ਕੇ ਅੱਗੇ ਜਾ ਸਕਦੇ ਹਾਂ ਇੱਧਰ ਵੀ। ਸੋ ਆਪਣਾ ਫੂਡ ਵੀ ਆ ਗਿਆ ਆ ਹੁਣ। ਸੋ ਟਾਈਮ ਆਪਣਾ ਹੁਣ ਹੋ ਗਿਆ ਆ 12:40। ਸੋ ਇਹ ਵੈਜੀਟੇਰੀਅਨ ਹੈ, ਸੋ ਵੈਜੀਟੇਰੀਅਨ ਫੂਡ ਆ ਆਪਣੇ ਵਾਸਤੇ। ਅਤੇ ਹੁਣ ਖੋਲ੍ਹ ਕੇ ਦੇਖਦੇ ਹਾਂ ਦੋਨਾਂ ਦੇ ਵਿੱਚ ਹੈਗਾ ਕੀ ਆ। ਖੁੱਲ੍ਹ ਨਹੀਂ ਰਿਹਾ। ਓਕੇ, ਓ ਨੋ। ਸੋ ਆਹ ਹੈਗਾ ਦਹੀਂ ਆ ਨਾ ਇਹ। ਸੋ ਇੱਕ ਆਪਣਾ ਦਹੀਂ ਦਿੱਤਾ ਇਹਨਾਂ ਨੇ ਇੱਕ ਡੱਬੀ, ਅਤੇ ਹੋਰ ਕੀ ਹੈਗਾ ਵਿੱਚ ਬਈ ਹੈ। ਅਤੇ ਹੋਰ ਇਹਦੇ ਵਿੱਚ ਹੈਗਾ ਰਾਈਸ। ਵਾਓ, ਬਹੁਤ ਵਧੀਆ ਲੱਗ ਰਿਹਾ ਮੈਨੂੰ, ਹੈ ਨਾ। ਸਨੈਕ ਨਾਲ ਉਹਦੇ ਨਾਲ ਵਧੀਆ ਲੱਗ ਰਿਹਾ, ਸਨੈਕ ਜਿਹੜਾ ਦਿੱਤਾ ਸੀ। ਅਤੇ ਇਹਦੇ ਵਿੱਚ ਆਪਾਂ ਨੂੰ ਮਿਲ ਰਿਹਾ ਆ ਦਾਲ ਹੋਣੀ ਆ ਮੈਨੂੰ ਲੱਗਦਾ। ਦਾਲ ਖੜੀ ਲੱਗ ਰਹੀ ਹੈ, ਦਾਲ ਲੱਗ ਰਹੀ ਹੈ ਮੈਨੂੰ, ਦਾਲ ਦਾਲ ਹੈ ਦਾਲ। ਅਤੇ ਹੋਰ ਇਹਦੇ ਵਿੱਚ ਇੱਕ ਕੀ ਹੈਗਾ ਸਬਜ਼ੀ, ਪਤਾ ਨਹੀਂ ਕਾਹਦੀ ਹੈ। ਅਤੇ ਇਹਦੇ ਵਿੱਚ ਅਚਾਰ ਹੋਊਗਾ ਮੈਨੂੰ ਲੱਗਦਾ, ਅਚਾਰ ਪੇਠੇ ਦੀ ਸਬਜ਼ੀ ਹੈ। ਓ ਅੱਛਾ, ਪੇਠਾ ਵੀ, ਤਿੰਨ ਤਿੰਨ ਸਬਜ਼ੀਆਂ ਦਿੱਤੀਆਂ ਨੇ ਨਾਲ। ਵਾਓ, ਆਹ ਦੇਖੋ ਪਿੱਕਲ ਇਹ ਹੈ। ਅੱਛਾ, ਅਚਾਰ ਹੈਗਾ ਪਿੱਕਲ ਆਹ ਵਾਲਾ, ਅਤੇ ਆਹ ਹੈਗਾ ਆ ਮਾਊਥ ਫਰੈਸ਼ਨਰ। ਦਿਖਾਓ ਸਹੀ ਮਾਊਥ ਫਰੈਸ਼ਨਰ ਦਿਖਾਓ ਮਾੜਾ। ਕਿੱਥੇ ਲਿਖਿਆ ਮਾਊਥ ਫਰੈਸ਼ਨਰ ਜਾਂ ਮਾਊਥ ਫਰੈਸ਼ਨਰ ਸੌਂਫ ਹੋਣੀ ਹੈ ਨਾ। ਮੁਸਕਾਨ ਹਰਬਲ ਬਾਊਟ, ਅਤੇ ਆਹ ਹੋਣਾ ਮੈਨੂੰ ਲੱਗਦਾ ਪਰੌਂਠਾ ਜਾਂ ਰੋਟੀ, ਰਾਈਟ, ਰੋਟੀ ਹੋਣੀ ਹੈ। ਅਤੇ ਇਹਦੇ ਵਿੱਚ ਆਪਾਂ ਨੂੰ ਦੋ ਮਿਲੀਆਂ ਨੇ, ਦੋ ਪਰੌਂਠੇ ਕਿ ਰੋਟੀ, ਰੋਟੀ ਲੱਗ ਰਹੀ ਹੈ। ਦੇਖੋ ਸਾਈਜ਼ ਦੇਖ ਲਓ ਤੁਸੀਂ, ਅਤੇ ਵਧੀਆ ਹੈ ਵੈਸੇ, ਹੈ ਨਾ। ਬਾਕੀ ਟੇਸਟ ਦੇਖੋ, ਟੇਸਟ ਕਿਵੇਂ ਦਾ ਆ। ਸਪੂਨ ਨਹੀਂ ਹੈਗਾ, ਅਤੇ ਸਪੂਨ ਦਿਖਾਓ ਕਿੱਦਾਂ ਦਾ ਆ। ਸੋ ਇਹ ਹੈਗਾ ਵੁਡਨ ਸਪੂਨ, ਇਹਦੇ ਵਿੱਚ ਹੋਰ ਕੁਛ ਨਹੀਂ ਦਿੱਤਾ, ਇਕੱਲਾ ਸਪੂਨ ਹੀ ਹੈ ਨਾ, ਇੱਕ ਮਤਲਬ ਕਿ ਫੋਰਕ ਵਗੈਰਾ ਕੁਛ ਨਹੀਂ ਹੈਗਾ।
ਦੈਟਸ ਇਟ ਦੇਖੀ ਕਿਹੜੀ ਸੀ ਦੇਖੋ ਕਿਹੜੀ ਹੈ ਦਾਲ ਹੈ ਤਾਂ ਇਹ ਦਾਲ ਹੈ ਤੇ ਉਹ ਪਨੀਰ ਵਾਓ ਤੇ ਨਾਲ ਰਾਈਸ ਤੇ ਨਾਲ ਦੋ ਰੋਟੀਆਂ ਨਾਲ ਪੇਠੇ ਸਬਜ਼ੀ ਨਾਲ ਕਿੰਨਾ ਕੁਛ ਦਿੱਤਾ ਫਿਰ ਵੀ ਟੇਸਟ ਕਰਕੇ ਦੇਖੋ ਪਹਿਲਾਂ ਦਾਲ ਦੂਲ ਠੀਕ ਹੈ ਸਬਜ਼ੀ ਟੇਸਟ ਕਰਕੇ ਦੇਖ ਕਿੱਦਾਂ ਦੀ ਹੈ ਕਿਵੇਂ ਹੈ ਜਿੱਦਾਂ ਪਲੇਨ ਚ ਨਹੀਂ ਹੁੰਦਾ ਪੂਰਾ ਨਹੀਂ ਉਦਾਂ ਖਾਣ ਯੋਗ ਹੈਗੀ ਹੈ ਖਾਣੇ ਉਦਾਂ ਕਿੰਨੇ ਨੰਬਰ 10 ਚੋਂ 3 ਓ ਆ ਹੈਗੀ ਦਾਲ ਮਜ਼ਾ ਆਇਆ ਦਾਲ ਸਵਾਦ ਕਿੰਨੀ 10 ਚੋਂ 6 ਰਾਈਸ ਤਾਂ ਠੀਕ ਹੈ ਪੇਠੀ ਸਬਜ਼ੀ ਪੇਠੀ ਸਬਜ਼ੀ ਪੇਠੀ ਸਬਜ਼ੀ ਆ ਵੀ ਵਧੀਆ ਵਧੀਆ ਬਸ ਪਨੀਰ ਨਹੀਂ ਨਾ ਵਧੀਆ ਲੱਗਿਆ ਹੈ ਦਹੀਂ ਦਹੀਂ ਵਧੀਆ ਚਲੋ ਬਹੁਤ ਵਧੀਆ ਆਪਾਂ ਹੁਣ ਅੰਮ੍ਰਿਤਸਰ ਪਹੁੰਚ ਗਏ ਹਾਂ ਅਤੇ ਟ੍ਰੇਨ ਤੋਂ ਬਾਹਰ ਜਾ ਰਹੇ ਹਾਂ ਆਪਾਂ ਹੁਣ ਸੋ ਇੱਥੋਂ ਦੀ ਸੋ ਇਹ ਹੈਗਾ ਅੰਮ੍ਰਿਤਸਰ ਸਟੇਸ਼ਨ ਚਲੋ ਜੀ ਚਲੋ ਲਾਸਟ ਸਟੇਸ਼ਨ ਹੈ ਮੈਨੂੰ ਲੱਗਦਾ ਇਹ ਹੈ ਨਾ ਇਸ ਤੋਂ ਅੱਗੇ ਤਾਂ ਨਹੀਂ ਜਾਂਦੀ ਟ੍ਰੇਨ ਰਾਈਟ ਬਸ ਲਾਸਟ ਅੰਮ੍ਰਿਤਸਰ ਫਿਰ ਇੱਥੋਂ ਕਿੱਥੋਂ ਆਉਂਦੀ ਹੈ ਦਿੱਲੀ ਤੋਂ ਦਿੱਲੀ ਸੇ ਆਤੀ ਹੈ ਜੇ ਅਤੇ ਆਹ ਸਾਰਾ ਇੱਥੇ ਰੱਖਦੇ ਹੁੰਦੇ ਆ ਸਮਾਨ ਇਹ ਜਿਹੜਾ ਕੇਟਰਿੰਗ ਵਾਲਾ ਸਮਾਨ ਆ ਸੋ ਟਰੇਜ਼ ਵਗੈਰਾ ਦੇਖੋ ਇੱਥੋਂ ਦੀ ਸੋ ਇੱਧਰ ਸਾਰਾ ਗਾਰਬੇਜ ਹੁੰਦਾ ਅਤੇ ਨਾਲ ਹੀ ਆਪਾਂ ਇੱਥੋਂ ਐਗਜ਼ਿਟ ਕਰ ਲੈਣਾ ਅਤੇ ਆਹ ਸੀਗਾ ਇੱਧਰ ਆਹ ਵਾਸ਼ਰੂਮ ਸੀਗਾ ਇੱਥੇ ਅਤੇ ਆਪਾਂ ਇੱਥੋਂ ਕਰ ਦੇਣਾ ਹੁਣ ਐਗਜ਼ਿਟ ਧਿਆਨ ਨਾਲ ਉਤਰਿਓ ਚਲੋ ਸੋ ਆਹ ਆ ਗਈ ਹੁਣ ਆਪਾਂ ਅੰਮ੍ਰਿਤਸਰ ਸਟੇਸ਼ਨ ਅਤੇ ਬਹੁਤ ਵਧੀਆ ਸੀਗਾ ਆਪਣਾ ਐਕਸਪੀਰੀਅੰਸ ਅਤੇ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਅਤੇ
ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਫਿਨਿਸ਼ ਕਰਦੇ ਹਾਂ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ, ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਵੈਸੇ, ਕਿਉਂਕਿ ਅਸੀਂ ਵੀ ਪਹਿਲੀ ਵਾਰੀ ਆਏ ਸੀਗੇ ਅਤੇ ਵਧੀਆ ਲੱਗਿਆ ਤੁਹਾਨੂੰ। ਇਸ ਟ੍ਰੇਨ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਸੀਗਾ। ਸੋ ਆਹ ਹੈਗੀ ਆਪਣੀ ਸ਼ਤਾਬਦੀ ਐਕਸਪ੍ਰੈਸ ਲਿਖਿਆ ਹੋਇਆ ਨਾ ਇੱਥੇ। ਸੋ ਆਪਣਾ T2 ਸੀਗਾ ਜਿਹੜਾ ਕੰਪਾਰਟਮੈਂਟ ਸੀਗਾ, ਅਤੇ ਬਹੁਤ ਜ਼ਿਆਦਾ ਕੰਫਰਟੇਬਲ। ਫੂਡ ਵੀ ਸੀਗਾ, 3 ਵਜੇ ਤੱਕ ਆਪਾਂ ਨੂੰ ਫੂਡ ਮਿਲਿਆ, ਨਾਲ ਪਾਣੀ ਵੀ ਮਿਲਿਆ, ਆਈਸਕ੍ਰੀਮ ਵੀ ਮਿਲੀ, ਅਤੇ ਆਪਾਂ ਨੂੰ ਬ੍ਰੇਕਫਾਸਟ ਦੇ ਵਿੱਚ ਸੂਪ ਮਿਲਿਆ ਸੀ। ਚਾਹੇ ਵਧੀਆ ਨਹੀਂ ਸੀਗਾ ਪਰ ਆਪਾਂ ਨੂੰ ਹੋਸਪਿਟੈਲਿਟੀ ਤਾਂ ਬਹੁਤ ਵਧੀਆ ਸੀਗੀ। ਅਤੇ ਚਲੋ ਫਿਰ ਆਪਾਂ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਬਾਏ ਬਾਏ।